بسم الله الرحمن الرحيم. شروع اللہ کے نام سے جو بڑا مہربان نہایت رحم والا ہے. اشهد ان لا اله الا الله لا اله الا کام کہنی سارا دی نوبر بھمنا رات جا فلماں دیکھنا مقبول نے کو سر تے چڑھیا رب دا واسطے سمن لے او میرا واسطے نے نا تے کو او سناواں میں او سناواں کہ زندگی بھر یاد کرے دیکھو اجا ستا 11 تھیندے پن
ਸੁੱਤਾ ਪਈ ਹੈ। ਕਿਹੜਾ ਬੰਦਾ ਇਹ ਤਾਂ ਹਰ ਵੇਲੇ ਦੀ ਕੰਮਾਂ ਸੁੱਤਾ ਪਏ ਪਈ ਕੂਠਾ ਆਈਵਾ ਕੋਈ ਕੰਮ ਕਾਰ ਕਰੇ ਨਾ ਤਾਂ ਕੋਈ ਆਪਣੇ ਕੰਮ ਦਾ ਨਾ ਕੋਈ ਬੇ ਕੰਮ ਦਾ ਉਹ ਕੰਮ ਕਰੇ ਨਾ ਬੈਠੀ ਹਾਏ ਮਰੇ ਨਾ ਬੈਠੇ ਨਾ ਕਬਵਾ ਦੇ ਤੂੰ ਕੋਈ ਕਾਰ ਕਰਦਾ ਉਹਨਾਂ ਤੇ ਇਵੇਂ ਕਹਿਣ ਆ ਪਿਆ ਹਾਂ ਵੇ ਅੱਬਾ ਮੈਂ ਤੇ ਨੱਕ ਪੱਗ ਤੇ ਤੇਰਾ ਨੱਕ ਇਹ ਸਹੀ ਇਹ ਹਾਲ ਵਾ ਕਿਉਂ ਕਿਉਂ ਨਾ ਬੋਲਣ ਦੀ ਤਹਮੀਜ਼ ਕਰਨੇ ਵਾ ਢੋਲ ਵਜਾਉਣ ਵਾਲਾ ਕੰਮ ਜੀ ਸੋਨਾ ਸਦਕੇ ਅੱਬਾ ਜੀ ਮੇਰਾ ਬੱਚਾ ਮੈਂ ਤੇ ਕੋਈ ਮਸ਼ਵਰਾ ਦੇਵਾਂ ਇਹ ਸ਼ਾਦੇ ਵਾਲਾ ਕੰਮ ਤੇ ਢੋਲ ਵਾਲਾ ਤੇ ਇਹ ਕੂਤੀ ਵਾਲਾ ਕੰਮ ਚਾਚਾ ਤੂੰ ਹੀ ਸੁਣ ਗਏ ਸੋਤ ਤੂੰ ਹੀ ਸੁਣ ਗਏ ਐ ਲੂਸੀਆ ਤੂੰ ਹੀ ਰੱਬ ਦਾ ਵਾਸਤਾ ਮੇਰੇ ਕੰਮ ਖਤਮ ਕਰ ਇਹ ਸ਼ਾਦੇ ਤੇ ਤਾਂ ਲੱਗੀ ਖੜੀ ਹੈ ਪਾਬੰਦੀ ਹਕੂਮਤ ਲਈ ਖੜੇ ਪੰਜਾਬ ਹਕੂਮਤ ਉਹ ਨਾ ਮੁਰਾਦ ਆਂਦੇ ਸੌ ਰੁਪਇਆ ਤੇਰੇ ਕੋ ਨੂੰ ਖੁੱਲਾ ਕਰਵਾਉਣ ਆਉਂਦੇ ਨੀ ਇਹ ਫੁੱਕਿਆ ਛੁੱਕਿਆ ਜੋ ਹੈ ਨਾ ਉਹਨੇ ਕੋ ਪੈਸੇ ਖੁੱਲੇ ਨਹੀਂ ਮਿਲਦੇ ਖੁੱਲੇ ਕਰਾਉਣ 10 ਰੁਪਏ ਦੀ ਵੇਲ 90 ਰੁਪਏ ਜੇਬ ਵਿੱਚ ਰੱਖ ਤੇ ਗਏ ਹਰ ਗਾਣੇ ਭਗਤੀ ਤੇਰਾ ਪੋਤੀ ਬੇਕਾਰ ਸੋਨੇ ਵਰਗੀ ਮੇਰੀ ਭੇਡ ਪੰਜ ਗਲਾਸ ਪਾਸੇ ਲੁਸੀਆ ਤੇ ਕੁਨੇ ਹੂੰ ਅਸਾਂ ਕਿਤੇ ਉਹ ਕੋਲੈਡੀ ਡਾਕਟਰ ਬਣੇ ਸੂ ਕੰਮ ਬੰਦ ਲੱਗੇ ਜੋ ਕੰਮ ਦੀ ਕਾਰ ਯਾਰਾਂ ਦੀ ਸੁਤਰ ਲਗਾਈ ਫਿਰ ਆਵੇ ਇਹਨੇ ਸਦਾ ਨਹੀਂ ਮਿਲ ਚੋ ਨਾ ਕੰਮ ਦੇ ਨਾ ਕਾਰ ਦੇ ਦੁਸ਼ਮਣ ਅਨਾਜ ਦੇ ਹਸੂ ਨਾਲ ਬੈਠ ਗਿਆ ਮੇਰੀ ਗੱਲ ਸੁਣ ਹਾਂ ਦੱਸ ਇੱਕੋ ਕਈ ਸੂਰਤ ਵਿੱਚ ਆਪਣੀ ਹੁੰਦੀ ਨਾ ਦੇਵੇ ਬੇਗੈਰਤ ਲੰਦੀ ਹੈ ਲੰਦੀ ਕੋ ਸੰਦੇ ਨੇ ਵੀ ਨਹੀਂ ਨਹੀਂ ਦੇਨੇ ਨਹੀਂ ਦੇਨੇ ਤੂੰ ਕਿਹੜਾ ਡਾਕਟਰ ਹੈ ਐ ਲੂਸੀਆ ਏ ਚਾਚਾ ਅਸਾਂ ਕੋਈ ਨਾ ਰਿਸ਼ਤਾ ਹੀ ਨਹੀਂ ਕਰੇਂਦੇ ਉਹ ਮੇਰਾ ਫਿਲਮਾਂ ਦਾ ਹੀਰੋ ਆ ਇਤਨਾ ਨਖਰੇ ਵੀ ਚੰਗੇ ਅੱਛਾ ਮੈਂ ਨਾ ਤੇ ਬਖੇ ਨਾ ਕਰੇ ਨਾ ਨਾ ਸਮਝਾ ਠੀਕ ਹੈ ਇਹ ਮੈਂ ਤਾਂ ਨਹੀਂ ਨਾ ਕਰ ਅੱਬਾ ਮੇਰੀ ਗੱਲ ਸੁਣ ਮੈਂ ਤੁਹਾਡਾ ਆਖਿਆ ਮੰਨੇ ਨਾ ਮੇਰੀ ਇੱਕ ਸ਼ਰਤ ਹੈ ਕੀ ਸ਼ਰਤ ਮੇਰਾ ਜਿਸਮ ਤੁਰਕ ਦੇ ਤੇ ਜਿਸਮ ਖੁੱਲਦਾ ਨਹੀਂ ਪਿਆ ਚਾਚਾ ਸੁਣਾਵੇ ਸ਼ਰਨਾ ਦੇ ਉਤੇ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਤੇ ਤੂੰ ਹਲਕੀ ਹਲਕੀ ਢੋਲਕੀ ਵਜਾ ਤੇ ਵੱਲ ਦੇਖੋ ਪਾਣਾ ਸ਼ੱਬਾ ਸ਼ਬੇ ਦਾ ਉੱਠਿਆ ਦੇਖ ਆ ਆ ਬਾਣੀ ਵਿੱਚ ਕਰੋ ਬਾਲੇ ਆਦਾ ਪਏ ਇਹਨਾਂ ਲਾਡ ਮਨੋ ਜਾ ਤੂੰ ਸ਼ਰਨਾ ਜਾ ਵਜਾ ਤੂੰ ਜਾ ਗੋਲ ਕਾ ਜਾ ਵਜਾ ਮੱਤਾ ਉੱਠੀ ਪਵੇ ਜਾ ਬੰਦਾ ਹੈ ਕਰ ਜੇ ਉੱਠੀ ਪਵੇ ਆਹ
ਕਿਨੋ ਉਹ ਵਾਰ ਸੌਂ ਗਏ ਉਹ ਸਾਡੀ ਸ਼ਰਨਾ ਵਜੇਰੇ ਵਜੇਰੇ ਸਭਾ ਬਹੁਤ ਖਰਾਬ ਸੀ ਜਿਹੜਾ ਸੂਰਜ ਵਜਾਏ ਵੇ ਕਿਹੜੀ ਸ਼ਾਇ ਪੂਰੀ ਹੋਈ ਸਲਾਮੁਅਲੈਕੁਮ ਚਾਚਾ ਸਾਈਂ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਅਹਿਮਦ ਪੁੱਤਰ ਕੀ ਹਾਲ ਹੈ ਠੀਕ ਹੈ ਅਲਹਮਦੁਲਿਲਾ ਚਾਚਾ ਜੀ ਅਲਹਮਦੁਲਿਲਾ ਅਸਲਾਮੁਅਲੈਕੁਮ ਚਾਚੀ ਵਾਲੇਕੁਮ ਸਲਾਮ ਕੀ ਹਾਲ ਹੈ ਪੁੱਤਰ ਠੀਕ ਹੈ ਦੁਆ ਚਾਚਾ ਅਹਿਮਦ ਪੁੱਤਰ ਹੈ ਗੱਲ ਕਰਾਂ ਜੀ ਜੀ ਚਾਚਾ ਜੀ ਹੁਕਮ ਕਰੋ ਮੇਰਾ ਆਪਣਾ ਸੱਤਾ ਪੁੱਤਰ ਹੁੰਦਾ ਨਾ ਇਹਨੇ ਦੀ ਇਤਨਾ ਖਿਦਮਤ ਨਾ ਕਰਿਆ ਇਹ ਕੀ ਹਾਲ ਹੈ ਪਿਓ ਚਾਚਾ ਸੀ ਮੈਂ ਤੁਹਾਡਾ ਸੱਕਾ ਪੁੱਤਰ ਕਹਿਣੀ ਕਿਆ ਨਾ ਮੇਰਾ ਪੁੱਤਰ ਤੂੰ ਸਾਡੀ ਜਿੰਦ ਹੈ ਤੂੰ ਸਾਡੀ ਜਾਨ ਹੈ ਜਿਗਰ ਹੈ ਤੂੰ ਸਾਡਾ ਮੇਰੀ ਭੈਣ ਮੂਹੀ ਹੋਈ ਜਿਹੜਾ ਤੇਰਾ ਪਿਓ ਬਹੁਤ ਚੰਗਿਆ ਨਾ ਅਤੇ ਚੰਗੇ ਮਾਂ ਪਿਓ ਦੀ ਔਲਾਦ ਚੰਗੀ ਹੁੰਦੀ ਹੈ ਤੂੰ ਪਰੇਸ਼ਾਨ ਨਾ ਤੇ ਅੱਲਾ ਬਹੁਤ ਚੰਗੀਆਂ ਕਰੇ ਸੀ ਮੇਰੀ ਦੁਆ ਹੈ ਮੇਰੇ ਪੁੱਤਰ ਨੂੰ ਅੱਲਾ ਤੁਹਾਡੇ ਨਾਲ ਚੰਗੀ ਕਰੇ ਸੀ ਅੱਬਾ ਕੱਲ੍ਹ ਮੈਂ ਕਾਲਜ ਕਹਿਣਾ ਵੇ ਸਹੀ ਹਾਂ ਕਿਉਂ ਤੇਰੇ ਕੋ ਕੀ ਥੀ ਗਏ ਮੈਂ ਕੋ ਫੀਸ ਨਹੀਂ ਲੈਂਦੇ ਟਾਈਮ ਤੇ ਚਪੜੀ ਆ ਇਹਦੇ ਆ ਰਣੀ ਇਹਦੇ ਆ ਇੱਥਾ ਬਾਈ ਤਾਂ ਪੈਸੇ ਦੇਣੇ ਨਾ ਬਸ ਹਾਂ ਮੈਂ ਤੈਨੂੰ ਪੈਸੇ ਦੇਵਾਂ ਉੱਠੀ ਮੇਰੇ ਪੁੱਤਰ ਹੱਥ ਹੋ ਗਏ ਅੰਦਰ ਮੰਜ ਠੀਕ ਹੈ ਰਾਣੀ ਉੱਠ ਮਤ ਰੋਟੀ ਦੇ ਰਾਣੀ ਦੀ ਮਾਂ ਮੈਂ ਆਦਾ ਰਾਣੀ ਦੀ ਤੇ ਅਹਿਮਦ ਦੀ ਸ਼ਾਦੀ ਕਰ ਦੇ ਰਾਣੀ ਦਾ ਬਾਲ ਮੈਂ ਤੱਕ ਆਇਆ ਮਤ ਕੋ ਅਮਨ ਮੇਰੀ ਸੁਣਦੇ ਕਹਿ ਨਹੀਂ ਉਹਦੀ ਜ਼ਬਾਨ ਹੀ ਕੋ ਗਾਲ ਕਰੀ ਹੈ ਤੇ ਰਾਣੀ ਕੋ ਡਾਕਟਰ ਬਣੇ ਤਾਂ ਉਹ ਵਾਲਾ ਸੋਚੇ ਤਾਂ ਸਾਥ ਦੇ ਬਾਰ ਮੈਂ ਕਿਆ ਕਰ ਸਕਦਾ ਦੇਖ ਆਸ਼ਿਕ ਜੇ ਤੂੰ ਜ਼ਿੰਦਾ ਰਹਿਣਾ ਚਾਹੁੰਦਾ ਹੈ ਨਾ ਤੇ ਇਹ ਪਲਾਟ ਮੇਰੇ ਕੋ ਦੇ ਦੇ ਜ਼ਿੰਦਗੀ ਮੌਤ ਤੋਂ ਅੱਲਾਹ ਕੇ ਹੱਥ ਕੇ ਅੰਦਰ ਹੈ ਇਹ ਪਲਾਟ ਤੁਮੇ ਮੈਂ ਕਭੀ ਵੀ ਨਹੀਂ ਦੇ ਸਕਦਾ ਜਿਹੜੇ ਬੰਦੇ ਕੋ ਜ਼ਮੀਨ ਨਾਲ ਜ਼ਿਆਦਾ ਪਿਆਰ ਹੋਵੇ ਨਾ ਉਹ ਕੋ ਜ਼ਮੀਨ ਦੇ ਉੱਤੇ ਨਹੀਂ ਜ਼ਮੀਨ ਦੇ ਥੱਲੇ ਰਹਿਣਾ ਚਾਹੀਦਾ ਹੈ ਦੇਖ ਗਿੱਲਾ ਜ਼ਮੀਨ ਕਾ ਮਾਲਿਕ ਉੱਪਰ ਬੈਠਾ ਹੋਇਆ ਹੈ ਆਜ ਮੈਂ ਜ਼ਮੀਨ ਕੇ ਨੀਚੇ ਜਾਊਂਗਾ ਕੱਲ ਵੋ ਉੱਪਰ ਵਾਲਾ ਜ਼ਮੀਨ ਕੇ ਨੀਚੇ ਭੇਜ ਦੇਗਾ ਅੱਲਾ ਸਾਈ ਤਾਂ ਮੇਰੇ ਕੋ ਜਿਹੜੇ ਵੇਲੇ ਉੱਤੇ ਵਜੇ ਸੀ ਨਾ ਪਹਿਲਾਂ ਤੂੰ ਤਾਂ ਵੰਜ ਬੇਬੀ ਚਲੋ ਏ ਇਹ ਕੁਝ ਚਾਹ ਕੇ ਪਹਿਲੇ ਛੱਡ ਦਿਓ ਤੇ ਫਲਾਣਾ ਜ਼ੁਲਮ ਤੇ ਚੁੱਪ ਰਾਵਣ ਇਨਸਾਨੀਅਤ ਦਾ ਕਤਲ ਇਨਸਾਨੀਅਤ ਦਾ ਫਲਾਣਾ ਤੇ ਮੈਂ ਚੁੱਪ ਕੇ ਨਾ ਰਾਸਾਂ ਮੈਂ ਹੀ ਜ਼ਾਲਮ ਦੇ ਖਿਲਾਫ ਜ਼ਰੂਰ ਅਦਾਲਤ ਵਿੱਚ ਗਵਾਹੀ ਦੇਸਾਂ ਜ਼ਰੂਰ ਅਦਾਲਤ ਵਿੱਚ ਗਵਾਹੀ ਦੇਸਾਂ